ਇਹ ਕੀ ਲਿਆਂਦਾ ਤੂੰ? ਅੱਜ ਕੀ ਬਣਿਆ ਹੋਇਆ ਤੂੰ? ਅੱਜ ਕੀ ਬਣਿਆ? ਆ ਆ ਉਹ ਮੈਂ ਮੂੰਹ 'ਚ ਪਾਤਾ, ਕੀ ਪਾਤਾ ਹੈ ਮੇਰੇ ਮੂੰਹ 'ਚ ਤੂੰ? ਕੀ ਆ ਇਹ? ਓਕੇ ਓਕੇ ਹਾਂ ਓਕੇ ਠੀਕ ਆ ਓਕੇ ਠੀਕ ਹੈ। ਥਰਮਾਮੀਟਰ ਹੈ? ਡਾਕਟਰ ਬਣਿਆ ਤੂੰ ਅੱਜ? ਹਾਂ ਉਲਟਾ ਪਾਈ ਜਾਣਾ, ਪਹਿਲਾਂ ਕੰਨਾਂ 'ਚ ਤਾਂ ਪਾ ਇਹਨੂੰ, ਇਹਨੂੰ ਡਮਰੂ ਜਿਹਨੂੰ, ਇਹਨੂੰ ਕੰਨਾਂ 'ਚ ਪਾ। ਡਾਕਟਰ ਬਣਿਆ ਡਾਕਟਰ ਗੁਰਬਾਜ ਸਿੰਘ। ਮੇਰਾ ਸਹੀ ਓਕੇ ਮੈਂ ਓਕੇ ਮੈਂ ਠੀਕ ਹਾਂ, ਬਿਲਕੁਲ ਫਿਟ। ਡਾਕਟਰ ਸਾਹਿਬ ਮੈਨੂੰ ਕੋਈ ਦਵਾਈ? ਡਾਕਟਰ ਸਾਹਿਬ ਦੀਆਂ ਜੁਲਫਾਂ 'ਚ ਵੱਜ ਗਿਆ। ਮੰਮਾ ਨੂੰ ਨਾ ਪੁੱਛੋ, ਮੈਨੂੰ ਦੱਸ ਇਹ ਇਹ ਕੀ ਆ ਗੁਰਬਾਜ? ਇਹ ਕੀ ਆ? ਦਵਾਈ ਆ? ਓਕੇ ਪੀਮਾ ਇਹ। ਥੈਂਕ ਯੂ। ਓਪਨ ਕਰਾਂ ਹਲੇ? ਓ ਹੋ ਓਪਨ ਨਹੀਂ ਹੁੰਦਾ ਪੰਜਾਬੀ 'ਚ, ਹੁੰਦਾ ਖੋਲ। ਬੋਲ ਖੋਲ। ਦਬਕਾ ਕਿਉਂ ਮਾਰਦਾ ਕਿ ਪਾਪਾ ਖੋਲੋ? ਅੱਛਾ ਖੋਲਤੀ ਹੁਣ ਮੈਂ ਪੀਵਾਂ। ਆਹਾ ਖਾਲੀ ਕੱਪ ਨੂੰ ਪੀ ਕੇ ਸਵਾਦ ਆ ਗਿਆ ਗੁਰਬਾਜ ਦਾ। ਦਵਾਈ ਦਵਾਈ ਆ, ਦਵਾਈ ਆ। ਹੋਰ ਕੀ ਆ? ਟੀਕਾ ਲਾ, ਟੀਕਾ ਟੀਕਾ ਲਾ ਦੇ, ਆ ਦੇ ਟੀਕਾ, ਆ ਦੇ ਆ ਟੀਕਾ, ਆ ਟੀਕਾ ਲਾਵਾਂ ਤੇਰੇ ਮੈਂ? ਇੱਥੇ ਆ, ਇੱਥੇ ਆ। ਟੀਕਾ ਕੌਣ ਲਊ? ਉਹ ਮੇਰੇ ਟੀਕਾ ਲਾ ਰਿਹਾ। ਹਾਂ ਸਿੱਧਾ ਹੀ ਤੂੰ ਮੂੰਹ 'ਚ ਹੀ ਲਾਤਾ ਵਸੁੰਧਰਾ ਟੀਕਾ ਮੇਰੇ। ਥੈਂਕ ਯੂ। ਡਾਕਟਰ ਸਾਹਿਬ ਮੈਂ ਠੀਕ ਹਾਂ, ਠੀਕ ਹਾਂ। ਥੈਂਕ ਯੂ ਡਾਕਟਰ ਸਾਹਿਬ, ਟੀਕਾ ਲਾ ਦਿਓ ਡਾਕਟਰ ਸਾਹਿਬ, ਟੀਕਾ। ਇਹ ਛਾਤੀ 'ਚ ਲਾ ਦਿਓ ਤਾਂ ਟੀਕਾ, ਬਾਹ 'ਤੇ ਲਾ, ਇੱਥੇ ਲਾ। ਕਿੱਥੇ? ਇਹ ਕੱਚ 'ਚ ਕਿਹੜਾ ਟੀਕਾ ਲੱਗਦਾ ਯਾਰ? ਅੱਧ ਘੜੀ ਜਾ ਲਾ ਦੂ, ਕਮਾਲ। ਹੋਰ 'ਚ ਲਾ ਦਾ ਡਾਕਟਰ? ਉਹ ਡਾਕਟਰ ਆ ਤੇਰੇ ਕੋਲ ਕੀ ਥੋੜੀ ਜੀ? ਅੱਛਾ ਥਰਮਾਮੀਟਰ ਹੈ ਡਾਕਟਰ ਸਾਹਿਬ? ਇਹ ਕੀ ਹੈ? ਬਿਮਾਰ ਹੋ ਗਿਆ ਜੀ ਡਾਕਟਰ ਸਾਹਿਬ, ਇੱਕ ਹੋਰ ਆ ਗਿਆ ਪਿਛਲੇ। ਡਾਕਟਰ ਇਹਦੇ ਤਾਂ ਮੈਂ ਕਹਿੰਦਾ ਕੈਂਚੀ ਜਾ ਕੇ ਟਾਂਕੇ ਲਾ ਦੇ ਡਾਕਟਰ, ਆ ਟਾਂਕੇ ਲਾ ਦੇ ਏਦਾਂ ਪੈ, ਉਹ ਕਹਿੰਦਾ ਲੰਬਾ ਪੈ, ਲੰਬਾ ਪੈ, ਇੱਥੇ ਬੈਠ ਕਹਿੰਦਾ। ਠੀਕ ਹੈ ਸਰ, ਆ ਬੜਾ ਬੜਾ ਇੱਥੇ ਇੱਥੇ ਮੇਰੇ ਤੇ ਕਿਉਂ? ਹੈਲੋ ਕੀ ਗੁਰਬਾਜ? ਹੈਲੋ ਹੈਲੋ ਡਾਕਟਰ ਸਾਹਿਬ, ਡਾਕਟਰ ਠੀਕ ਹੋ ਗਿਆ? ਮੇਰਾ ਹੱਥ ਹੁਣ ਟੁੱਟ ਗਿਆ ਡਾਕਟਰ। ਉਹਦਾ ਹੁਣ ਹੱਥ 'ਚ ਪ੍ਰੋਬਲਮ ਆ ਗਈ, ਕੀ ਕਰਤਾ ਹੱਥ ਨੂੰ? ਮੈਨੂੰ ਪਤਾ ਲੱਗਿਆ ਤੈਂ ਹੀ ਭੰਨਿਆ ਹੱਥ ਡਾਕਟਰ। ਆ ਡਾਕਟਰ ਯਾਰ ਕੀ ਆ? ਕੀ ਕਰੀ ਜਾਂਦਾ? ਬਸ ਬਸ ਇੰਨੇ 'ਚ ਠੀਕ ਹੋ ਗਿਆ ਡਾਕਟਰ? ਇਹਦਾ ਚੈੱਕ ਲਈ ਹੁੰਦਾ ਗੁਰਬਾਜ ਡਾਕਟਰ, ਪੈਸੇ ਤਾਂ ਲਾਇਆ ਤੋ ਪੈਸੇ ਕਿਆ ਪੈਸੇ ਤੇ ਚੈਰਿਟੀ ਕਰਦਾ ਨੂੰ? ਫੈਮਿਲੀ ਡਿਸਕਾਊਂਟ ਹੈ, ਫੈਮਿਲੀ ਡਿਸਕਾਊਂਟ। ਨੋ ਨੋ ਇਹ ਕੀ ਆ? ਦਵਾਈ ਹੈ ਇਹ, ਆ ਚੱਕ ਦਵਾਈ ਪੀ, ਦਵਾਈ ਪੀ, ਬੜੀ ਅੱਛੀ ਦਵਾਈ ਹੈ। ਹਾਂ ਉਹ ਚੱਕ, ਉਹ ਪੀ ਗਿਆ ਦਵਾਈ। ਆ ਡਾਕਟਰ ਆਪੇ ਪੀ ਗਿਆ ਤੂੰ ਦਵਾਈ? ਡਾਕਟਰ ਤੂੰ ਕਿਉਂ ਪੀ ਗਿਆ? ਤੂੰ ਤਾਂ ਡਾਕਟਰ ਆ, ਉਹ ਤੂੰ ਡਾਕਟਰ ਆ, ਤੂੰ ਨਹੀਂ ਦਵਾਈ ਪੀ ਸਕਦਾ? ਡਾਕਟਰ ਨੂੰ ਭੁੱਖ ਲੱਗੀ ਪਈ ਆ ਦਵਾਈ ਦੀ ਡਾਕਟਰ ਯਾਰ, ਦਾ ਜਮਾ ਹੀ ਤੱਕਾ। ਦਿਸ ਇਜ਼ ਡਾਕਟਰ, ਇਹ ਕੀ ਕਰ ਰਿਹਾ ਮੈਂ ਹੁਣ? ਤੂੰ ਆ ਦਵਾਈ ਦੇ ਵਿੱਚ ਆਪਦੇ ਆ ਪਾ ਲੇ ਕੰਨਾਂ ਵਾਲੇ, ਐਨਕਾਂ ਲਾਈਆਂ ਨੀ ਡਾਕਟਰ ਵਾਲੀਆਂ। ਡਾਕਟਰ ਸਵਾਹ ਤੂੰ ਇੱਧਰ ਦਿਖਾ, ਹੁਣ ਹੁਣ ਬਣਿਆ, ਆ ਹੁਣ ਲਾ, ਆ ਲਾ, ਆ ਪਾ ਇੱਧਰ ਦਿਖਾ, ਮੈਨੂੰ ਦਿਖਾ, ਵਾਹ 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 ਵਾਹ, ਇੱਧਰ ਦਿਖਾ, ਸ਼ਕਲ ਤਾਂ ਦਿਖਾ, ਗੁਰਬਾਜ ਸਿੰਘ ਮੇਰਾ ਹੱਥ ਨਾ ਕੱਟੀ ਯਾਰ। ਥਰਮਾਮੀਟਰ ਲਾ ਰਿਹਾ ਯਾਰ ਤੇਰੇ ਕੱਚ ਚਾਲੇ, ਇੱਥੇ ਬੈਠ, ਕਿੱਥੇ ਬੈਠ ਯਾਰ ਤੂੰ? ਮੇਰੇ ਕਿਉਂ ਪਾ ਦੇਣਾ ਇਹਨੂੰ ਲੰਮਾ ਜਿਹਾ ਇੱਥੇ? ਆ ਲੈ ਆ ਪਾ ਲਿਆ ਇੱਥੇ। ਹਾਂ
ਡਾਕਟਰ ਮੈਂ ਕਹਿੰਦਾ ਇਹਦੇ ਕਰ ਆਪਰੇਸ਼ਨ ਇਹਦੇ ਸੈੱਟ ਇਹ ਕੀ ਹੈ ਇਹ ਕੀ ਹੈ ਡਿਟੈਕਟ ਕਰ ਰਿਹਾ ਕੁਛ ਇਹ ਕਹਿੰਦਾ ਉਰੇ ਬੰਬ ਤਾਂ ਨਹੀਂ ਪਿਆ ਇਹ ਬੰਬ ਡਿਟੈਕਟ ਵਿੱਚ ਇਹਨੂੰ ਪਤਾ ਨਹੀਂ ਲੱਗਦਾ ਡਾਕਟਰ ਵਿਚਾਰਾ ਕਨਫਿਊਜ਼ ਹੋ ਜਾਂਦਾ ਕਦੇ ਕਦੇ ਡਾਕਟਰ ਨੂੰ ਲੱਗਦਾ ਵੀ ਮੈਂ ਮਿਲਟਰੀ ਵਾਲਾ ਵਾਂ ਬੰਬ ਡਿਟੈਕਟ ਕਰਦਾ ਕਦੇ ਕੁਛ ਕਰਦਾ ਹਾਂ ਉਹ ਕੈਂਚੀ ਉਹ ਕੈਂਚੀ ਉਹ ਟਾਕੇ ਲਾ ਰਿਹਾ ਉਹਦੇ ਉਹਦੇ ਹਲੇ ਕੱਟ ਕੱਟ ਚੱਲਦਾ ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ ਹਰ ਸਮੱਸਿਆ ਦਾ ਸਮਾਧਾਨ ਸਮੱਸਿਆ ਜਿਵੇਂ ਲਵ ਮੈਰਿਜ ਵਸ਼ੀਕਰਨ ਕਿੱਤਾ ਕਰਾਇਆ ਲੋਟਰੀ ਨੰਬਰ ਹੋਵੇ ਜਾਂ ਲੋਟੋ ਮੈਕਸ 649 ਮੇਰੇ ਔਰ ਮੇਰੇ ਪਤੀ ਕੇ ਬੀਚ ਮੇ ਬਹੁਤ ਅਨਬਨ ਰਹਿਤੀ ਥੀ ਜਿਸਕੀ ਵਜਹ ਸੇ ਮੈਂ ਬਹੁਤ ਸਾਰੇ ਤਾਂਤਰਿਕੋ ਸੇ ਮਿਲੀ ਪਰ ਮੁਝੇ ਕੋਈ ਸਮਾਧਾਨ ਨਹੀਂ ਮਿਲਾ ਉਸਕੇ ਬਾਅਦ ਮੈਂ ਮੀਆਂ ਮੁਰਾਦ ਅਲੀ ਜੀ ਸੇ ਮਿਲੀ ਜਿਸਸੇ ਕਿ ਅਬ ਮੈਂ ਆਪਣੇ ਵੈਵਾਹਿਕ ਜੀਵਨ ਮੇ ਬਹੁਤ ਖੁਸ਼ ਹੂੰ ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ ਬਹੁਤ ਜਗ੍ਹਾ ਤੇ ਧੱਕੇ ਖਾਏ ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ ਅਸੀਂ ਬੜੇ ਔਖੇ ਹੋ ਗਏ ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋ ਨਿਪਟਾਰਾ ਕਰ ਦਿੱਤਾ ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 98417 18786 97797 24075